ਕੁਝ ਸਮਾਂ ਪਹਿਲਾਂ ਖੇੜੀ ਗੰਡਿਆ ਪਿੰਡ ਤੋਂ ਦੋ ਬੱਚੇ ਗੁੰਮ ਹੋਏ ਸੀ, ਜਿਨ੍ਹਾਂ ਚੋਂ ਇੱਕ ਦੀ ਲਾਸ਼ ਨਹਿਰ ਚੋਂ ਬਰਾਮਦ ਹੋਈ ਸੀ। ਪਰ ਉਸ ਤੋਂ ਬਾਅਦ ਪੰਜਾਬ 'ਚ ਬੱਚੇ ਗੁੰਮਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਪਿਛਲੇ ਦਿਨੀ ਇੱਕੋ ਜਿਹਾ ਹੀ ਮਾਮਲਾ ਪਟਿਆਲਾ ਦੇ ਸਨੌਰ ਹਲਕਾ ਦੇ ਪਿੰਡ ਸਿਰ ਕੱਪੜੇ ਤੋਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਥਾਣੇ 'ਚ ਕਰਵਾਈ ਅਤੇ ਅੱਜ ਇਸ ਮਾਮਲੇ ਵਿੱਚ ਉਦੋਂ ਨਵਾਂ ਮੋੜ ਆਇਆ ਜਦੋਂ ਗੁੰਮ ਹੋਇਆ 17 ਸਾਲ ਦਾ ਹੈਪੀ ਦਾ ਅਚਾਨਕ ਫੋਨ ਆਇਆ। ਇਸ ਬਾਰੇ ਹੈਪੀ ਦੇ ਪਿਤਾ ਦਾ ਕੀ ਕਹਿਣਾ ਤੁਸੀਂ ਖੁਦ ਹੀ ਸੁਣੋ। ਥਾਣੇ 'ਚ ਉਰੇ ਤੋਂ ਬਹਿ ਕੇ ਜਦੋਂ ਇਨਕੁਆਇਰੀ ਕਰਨ ਵਾਸਤੇ ਆਏ ਨਾ, ਅਸੀਂ ਨਾਲ ਹੀ ਚੱਲੇ ਗਏ ਅਤੇ ਸੀ ਸੀ ਟੀ ਵੀ ਕੈਮਰੇ ਫਰੋਲੇ ਉਰੇ ਪਹਿਲਾਂ ਨੌਰਗਵਾਲ ਤੋਂ, ਫਿਰ ਉਹ ਕਹਿੰਦੇ ਨਾਲ ਹੀ ਚੱਲ ਸਾਡੀ ਗਾ ਉੱਥੇ, ਫਿਰ ਨਾਲੇ ਚਲੇ ਉੱਥੇ 10-15 ਮਿੰਟ ਬਾਅਦ ਇਹਦਾ ਫੋਨ ਆ ਗਿਆ ਸੀ ਸਾਡੇ ਕੋਲ। ਇਹ ਕਹਿੰਦਾ ਜੀ ਮੈਂ ਪਾਪਾ ਬਹੁਤ ਰੋ ਰਿਹਾ ਸੀ ਵੀ ਮੈਨੂੰ ਲੈ ਜਾਓ ਆ ਕੇ। ਇਹ ਕਹਿੰਦਾ ਮੈਂ ਪੁੱਛਿਆ ਵੀ ਕਿਹੜੀ ਬੱਸ 'ਚ ਤੁਸੀਂ, ਕਹਿੰਦਾ ਮੈਂ ਪਟਿਆਲੇ ਆ ਰਿਹਾ ਵੀ ਸਿੱਧਾ ਇੱਧਰ ਤੋਂ ਰਾਜਪੁਰੇ ਤੋਂ ਵੀ ਉਹਦੇ ਲੈ ਜਾਓ ਆ ਕੇ। ਫਿਰ ਇਹਦੇ ਗੱਲ ਸਮਾਰ ਕੇ ਹੋਈ ਨਹੀਂ, ਫਿਰ ਉਹਨਾਂ ਨੇ ਪੁਲਿਸ ਵਾਲੇ ਨੇ ਆਪਣੇ ਨੰਬਰ 'ਤੇ ਕਾਲ ਕੀਤੀ ਇਹਨੂੰ ਦੁਬਾਰੇ, ਫਿਰ ਬਈਏ ਨੇ ਫਿਰ ਇਹਨਾਂ ਗੱਲ ਕਰਾਇਆ ਵੀ ਉਹ ਮੁੰਡੇ ਨਾਲ ਗੱਲ ਕਰਾ ਮੇਰੀ ਦੁਬਾਰੇ ਜਿਹੜਾ ਤੇਰੇ ਨਾਲ ਬੈਠਾ ਸੀ ਬਈਏ ਕੋਲ ਕਿਹਾ। ਫਿਰ ਉਹਨਾਂ ਗੱਲ ਕਰਾਈ ਦੁਬਾਰੇ, ਫਿਰ ਉਹ ਕਨੈਕਟਰ ਨੂੰ ਕਿਹਾ ਵੀ ਕਨੈਕਟਰ ਨਾਲ ਕਰਾ ਮੇਰੀ ਗੱਲ। ਫਿਰ ਇਹ ਪਿਛਲੀ ਸੀਟ 'ਚ ਬੈਠਾ ਸੀ, ਫਿਰ ਉਹਨੂੰ ਅਗਲੀ ਸੀਟ 'ਤੇ ਬਿਠਾਇਆ ਉਹਨਾਂ ਕਨੈਕਟਰ ਨੂੰ। ਫਿਰ ਸਾਨੂੰ ਪਟਿਆਲੇ ਆ ਕੇ ਇਹਦਾ ਉਹਦੇ ਬੱਸ ਸਟੈਂਡ 'ਤੇ, ਉੱਥੇ ਜਾ ਕੇ 24-55 ਬੱਸ ਸੀ, ਉਹ ਤੋਂ ਫਿਰ ਸਾਨੂੰ ਉਹ ਕਰ ਲਿਆ ਸੀ। ਤੁਸੀਂ ਘਰੋਂ ਗਿਆ ਸੀ, ਸਕੂਲ ਕੀ ਸੀਗਾ, ਕੀ ਲੈ ਕੇ ਗਿਆ ਸੀ, ਸਾਈਕਲ ਸਕੂਲ ਬਸਤਾ ਵਗੈਰਾ ਕੀ ਸੀ? ਇੱਕ ਘਰ ਤੋਂ ਵਰਦੀ ਪਾ ਕੇ ਗਿਆ ਸੀ, ਫਿਰ ਰੋਟੀ ਰੋਟੀ ਖਾ ਕੇ ਜੀ ਮੈਂ ਬਸਤਾ ਲੈ ਰਹੀ ਸੀ ਨਾਲ, ਬਾਰੇ ਤੋਂ ਪੈਦਲ ਗਿਆ ਸੀ। ਉੱਥੇ ਹੀ ਹੈਪੀ ਨੇ ਆਪਣੇ ਗਾਇਬ ਹੋਣ ਦੀ ਸਾਰੀ ਗਾਥਾ ਆਪਣੀ ਜ਼ੁਬਾਨੀ ਦੱਸੀ ਕਿ ਕਿਵੇਂ ਉਹ ਨਾਲ ਦੇ ਪਿੰਡ ਸਕੂਲ ਜਾਂਦਾ ਜਾਂਦਾ ਲੁਧਿਆਣੇ ਪਹੁੰਚ ਗਿਆ। ਬਸ ਮੈਂ ਤਿਆਰ ਹੋਇਆ ਸਕੂਲ ਤੋਂ, ਬਸ ਐਵੇਂ ਪਾਪੇ ਨੂੰ ਪੁੱਛਿਆ ਮੈਂ, ਪਾਪਾ ਕਹਿ ਰਿਹਾ ਚਲੇ ਜਾਓ, ਚੱਲ ਮੈਂ ਵੱਗ ਗਿਆ ਮੁੰਡੇ ਕੋਲ ਗਿਆ ਮੈਂ ਪਹਿਲਾਂ, ਮੁੰਡਾ ਸੀ ਪਿਆ ਦੀ ਹਾਲੇ ਹੁਣ। ਬਸ ਉਹਨੇ ਕਿਹਾ ਵੀ ਮੈਂ ਅੱਜ ਜਾਂਦਾ ਨਹੀਂ ਹੈਗਾ ਸਕੂਲ, ਵੀ ਤੂੰ ਮੇਰੀ ਅਰਜ਼ੀ ਦੇ ਦੀ। ਬਸ ਮੈਂ ਉੱਥੋਂ ਚਲਾ ਗਿਆ, ਫਿਰ ਅੱਗੇ ਥੋੜ੍ਹੀ ਉਹਦੇ ਬੰਦੇ ਖੜ੍ਹੇ ਸੀਗੇ ਦੋ, ਮੈਂ ਉਹਨਾਂ ਨਾਲ ਬੈਠ ਗਿਆ। ਕੀ ਮੋਟਰਸਾਈਕਲ ਸੀਗਾ? ਹਾਂ ਮੋਟਰਸਾਈਕਲ ਸੀਗਾ, ਮੋਟਰਸਾਈਕਲ ਹਾਂ। ਕੀ ਕਹਿੰਦੇ? ਕੱਚਾ ਜਿਹਾ ਰਸਤਾ ਸੀਗਾ ਸਾਹਮਣੇ, ਪਰ ਕਹਿੰਦੇ ਤੈਨੂੰ ਸਕੂਲ ਛੱਡਦਾ ਹੈ, ਮੈਂ ਛੱਡ ਦਿਓ, ਮੈਂ ਅਗਲੇ ਪਿੰਡ ਜਾਣਾ ਸਕੂਲ, ਮੇਰਾ ਪਿੰਡ ਬਸ ਅਗਲੇ ਪਿੰਡ ਆ ਸਾਹਮਣੇ, ਸਰਕਾਰੀ ਸਕੂਲ ਆ। ਫਿਰ ਕੀ ਹੋਇਆ? ਬਸ ਮੈਂ ਉਹਨਾਂ ਨਾਲ ਬੈਠ ਗਿਆ, ਫਿਰ ਥੋੜ੍ਹੀ ਦੂਰ ਗਏ, ਉਹ ਤੋਂ ਬਾਅਦ ਨਹੀਂ ਮੈਨੂੰ ਪਤਾ ਲੱਗਿਆ। ਹਾਂ ਕਿੱਥੇ, ਕਿਵੇਂ ਪਤਾ ਲੱਗਿਆ ਤੁਸੀਂ ਕਿੱਥੇ ਪਹੁੰਚੇ, ਕੀ ਹੋਇਆ? ਮੈਂ ਵੱਗ ਗਿਆ, ਫਿਰ ਉਹ ਕੱਲਰ ਜਿਹਾ ਮੈਦਾਨ ਸੀਗਾ ਕਿਤੇ। ਅੱਛਾ, ਫਿਰ ਉੱਥੇ ਮੈਂ ਰਾਤ ਦੀ ਨੂੰ ਅੱਖ ਖੁੱਲ੍ਹੀ, ਮੇਰੇ ਮੱਛਰ ਮੁੱਛਰ ਦੇ ਲੜੇ, ਇੱਕ ਲੱਗ ਮੇਰੀ ਨਸ ਜੀ ਚੜ੍ਹੀ ਲੱਤ ਦੀ। ਫਿਰ ਮੈਂ ਉੱਠਿਆ, ਹੌਲੀ ਹੌਲੀ ਉੱਠਿਆ, ਮਸਾਂ ਬੜਾ ਔਖਾ, ਨਾ ਕੁਝ ਖਾਧਾ ਨਾ ਕੁਝ ਪੀਤਾ, ਖਾਂਦਾ ਵੀ ਕਿਤਨਾ ਜਿਹੜਾ ਸੋਝੀ ਮੈਨੂੰ ਸਵੇਰੇ ਆਈ, ਸਵੇਰੇ ਆਪਣਾ ਟਾਈਮ ਟੂਮ ਪਤਾ ਕਿੰਨਾ ਹੋ ਰਿਹਾ ਸੀ। ਫਿਰ ਮੈਂ ਉੱਠਿਆ, ਮਸਾਂ ਉੱਠਿਆ, ਨਾ ਸ਼ਰਟ ਸੀਗੀ ਮੇਰੀ, ਮੈਂ ਇਕੱਲੀ ਪੈਂਟ ਪੈਂਟ ਸੀਗੀ। ਫਿਰ ਮੈਂ ਉੱਠ ਕੇ ਚੱਲਿਆ ਉੱਥੋਂ, ਕਾਫੀ ਦੂਰ ਗਿਆ, ਉੱਥੇ ਮੁੰਡੇ ਖੜ੍ਹੇ ਸੀ ਜਾਣ ਨੂੰ ਕਿਤੇ, ਦੋ ਮੋਟਰਸਾਈਕਲ ਲੈ ਕੇ। ਉਹਨਾਂ ਨੂੰ ਮੈਂ ਕਿਹਾ ਆਪਣਾ ਹਾਲ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਮੇਰੇ ਨਾਲ ਆਹ ਹੋ ਗਿਆ। ਉੱਥੋਂ ਫਿਰ ਮੈਂ ਪੁੱਛਿਆ ਜੀ ਮੈਂ ਪਟਿਆਲੇ ਦੀ ਬੱਸ ਮੈਨੂੰ ਕਿੱਥੋਂ ਮਿਲੇਗੀ? ਉਹ ਕਹਿੰਦੇ ਇੱਥੋਂ ਤਾਂ ਮਿਲਣੀ ਨਹੀਂ, ਅਗਲੇ ਸ਼ਹਿਰ ਤੋਂ ਮਿਲੂਗੀ, ਸ਼ਹਿਰ ਤੈਨੂੰ ਛੱਡ ਆਉਂਦੇ ਹਾਂ। ਮੈਂ ਉਹਨਾਂ ਨੂੰ ਕਿਹਾ ਵੀ ਪੈਸੇ ਵੀ ਨਹੀਂ ਹੈਗੇ ਮੇਰੇ ਕੋਲ, ਕਹਿੰਦੇ ਤੈਨੂੰ ਸਭ ਕੁਝ ਦਿਆਂਗੇ। ਉਹਨਾਂ ਸ਼ਰਟ ਦਿੱਤੀ ਪਹਿਲਾਂ ਮੈਨੂੰ, ਫਿਰ 150 ਰੁਪਇਆ ਦਿੱਤਾ, ਫਿਰ ਉਹ ਮੈਨੂੰ ਬੱਸ ਚੜ੍ਹਾਏ ਮੋਟਰਸਾਈਕਲ 'ਤੇ ਲੈ ਕੇ। ਫੋਨ ਤਾਂ ਉਹਨਾਂ ਨੇ ਕਰ ਨਹੀਂ ਦਿੱਤਾ, ਕਹਿੰਦੇ ਅਸੀਂ ਫੋਨ ਤਾਂ ਕਰ ਨਹੀਂ ਰਹਿਣ ਦਿੰਦੇ, ਚੱਲ ਤੈਨੂੰ ਛੱਡ ਆਉਂਦੇ ਹਾਂ। ਫਿਰ ਮੈਂ ਫੋਨ ਮੰਗਿਆ ਉੱਥੇ ਜਾ ਕੇ ਰਾਜਪੁਰੇ ਆ ਗਿਆ ਮੈਂ ਬੱਸ ਤੋਂ, ਫੋਨ ਮੰਗਿਆ ਮੈਂ ਕਈ ਜਣਿਆਂ ਤੋਂ, ਦਿੱਤਾ ਨਹੀਂ, ਕਹਿੰਦਾ ਸਾਡੇ ਕੋਲ ਹੈ ਨਹੀਂ, ਇਹ ਆ ਵੀ ਅਸੀਂ ਕਿਸੇ ਨੂੰ ਫੋਨ ਨਹੀਂ ਦਿੰਦੇ, ਨਾ ਮੇਰੇ ਕੋਲ ਪੈਸੇ ਹੈਗੇ। ਕਈ ਜਣਿਆਂ ਦਾ 3-4 ਜਣਿਆਂ ਤੋਂ ਪੁੱਛਿਆ। ਫਿਰ ਮੈਂ ਬੱਸ 'ਚ ਬੈਠ ਕੇ, ਸਰਕਾਰੀ ਬੱਸ ਸੀਗੀ, ਪੰਜਾਬ ਰੋਡਵੇਜ਼ ਕੋਈ ਬੱਸ ਸੀਗੀ, ਮੈਂ ਪੁੱਛਿਆ ਪਟਿਆਲੇ ਜਾਣਾ ਵੀਰੇ, ਫਿਰ ਮੈਂ ਬੈਠ ਗਿਆ।
ਇਕੱਲਾ ਹੀ ਬੈਠ ਗਿਆ ਸੀਟ 'ਤੇ ਪਿੱਛੇ ਜਾ ਕੇ। ਇੱਕ ਬਈਆ ਬੈਠਾ ਸੀ ਮੇਰੇ ਤੋਂ ਪਿੱਛੇ, ਮੈਂ ਉਹਨੂੰ ਪੁੱਛਿਆ ਮੈਂ ਫੋਨ ਦੇ ਵੀਰੇ, ਉਹਨੇ ਦੇ ਤਾ ਚੱਲ, ਔਖਾ ਸੌਖਾ ਹੋ ਗਏ, ਕਿਸੇ ਤੋਂ ਤਾਂ ਮਿਲ ਗਿਆ ਫੋਨ। ਜਦ ਮੈਂ ਕਿਹਾ ਇੱਕੋ ਕੁਛ ਹੀ ਫੋਨ ਕਰ ਲੈਂਦੇ, ਫਿਰ ਮੈਂ ਪਾਪੇ ਕੋਲ ਫੋਨ ਕਰਤਾ, ਪਾਪੇ ਮੈਨੂੰ ਆ ਕੇ ਲੈ ਜਾ ਵੀ ਇੱਥੇ ਆ। ਪਾਪੇ ਮੈਂ ਪੁੱਛਿਆ ਕਿੱਥੇ ਆ, ਮੈਂ ਪਟਿਆਲੇ ਬੱਸ 'ਚ ਆ, ਮੈਂ ਇਹੀ ਕਿਹਾ ਮੈਂ ਪਟਿਆਲੇ ਦੀ ਬੱਸ 'ਚ ਆ। ਮੈਂ ਸਮਝ ਨਹੀਂ ਆਇਆ, ਫਿਰ ਉਹ ਪੁਲਿਸ ਵਾਲਿਆਂ ਨੇ ਦੁਬਾਰੇ ਕੀਤਾ ਕਾਲ। ਪੁਲਿਸ ਵਾਲਾ ਚਿੱਥੋਂ ਆ ਗਿਆ, ਪੁਲਿਸ ਵਾਲਿਆਂ ਨੂੰ ਕੀ ਬਦਲ ਗਿਆ? ਫੋਨ ਕੀਤਾ ਸੀ ਨਾ ਪਾਪੇ ਨੂੰ ਥਾਣੇ ਵਿੱਚ ਹੀ, ਪੁਲਿਸ ਵਾਲਿਆਂ ਨੂੰ ਆਪਣੇ ਨੰਬਰ ਤੋਂ ਕਰਤਾ, ਫਿਰ ਪਾਪੇ ਤੋਂ ਲੈ ਕੇ ਫੋਨ ਨੰਬਰ ਬਸ। ਫਿਰ ਉਹਨਾਂ ਕਹਿੰਦੇ ਕਨੈਕਟਰ ਨਾਲ ਗੱਲ ਕਰਾ, ਤੂੰ ਕਿਹੜੀ ਬੱਸ 'ਚ ਆ? ਮੈਂ ਪੰਜਾਬ ਰੋਡਵੇਜ ਆ ਬੱਸ, ਇੱਧਰ ਲੁਧਿਆਣੇ ਕਹਿੰਦੇ ਤੂੰ ਆ ਰਹੀ ਆ। ਮੈਂ ਐਵੇਂ ਕੀਤਾ, ਫਿਰ ਕਹਿੰਦੇ ਉਹ ਵੀ ਕਨੈਕਟਰ ਨਾਲ ਗੱਲ ਕਰਾ ਦੇ ਤੂੰ। ਮੈਂ ਕਰਾਈ ਕਨੈਕਟਰ ਨਾਲ ਗੱਲ, ਫਿਰ ਉਹਨਾਂ ਕਨੈਕਟਰ ਨਾਲ ਗੱਲ ਕਰਦੀ ਵੀ ਕਿੱਥੋਂ ਜਿਹੜਾ ਕੌਣ ਨੇ ਕਿਹਦੇ ਨੇ ਕਿਹਦੇ ਨੰਬਰ ਦਾ ਫੋਨ ਕੀਤਾ, ਕੌਣ ਨੇ ਬਈਏ ਦੇ, ਬਈਏ ਦੇ ਤਿੰਨ ਪਤਾ ਨਹੀਂ ਆ ਰਹੇ ਦੀ ਪਤਾ ਨਹੀਂ ਜਾ ਰਹੇ ਦੀ ਬਸ। ਉਹਨਾਂ ਨੇ ਕਹਿਤਾ ਵੀ ਇਹ ਤਾਂ ਲੋਕਲ ਬੰਦੇ ਨੇ ਵੀ ਉਹੀ ਚੜ੍ਹੇ ਰਾਜਪੁਰ ਤੋਂ, ਵੀ ਇਹ ਤਾਂ ਇਕੱਲਾ ਸੀ। ਮੈਂ ਇਕੱਲਾ ਹੀ ਨਿਕਲਿਆ ਨਾ ਕਨੈਕਟਰ ਨੂੰ ਪੁੱਛਿਆ ਬਸ ਤਾਂ, ਮੈਂ ਪਟਿਆਲੇ ਜਾਣਾ। ਅਤੇ ਰਾਜਪੁਰ ਤੁਸੀਂ ਕਹਿ ਰਹੇ ਹੋ ਲੁਧਿਆਣੇ ਵੱਲ ਜਾਂਦੇ ਹੋ, ਰਾਜਪੁਰੇ ਤੱਕ ਕਿਵੇਂ ਆਏ? ਰਾਜਪੁਰ ਤੋਂ ਪਟਿਆਲੇ ਕਿਵੇਂ ਆਏ? ਮੈਂ ਬੱਸ 'ਤੇ ਆਇਆ, ਪਿਛਲੀ ਬੱਸ ਤੋਂ ਆਇਆ, ਪਤਾ ਨਹੀਂ ਕਿਹੜੇ ਕਿਹੜੇ ਪਿੰਡ ਦੀ ਬੱਸ ਸੀ, ਮੈਨੂੰ ਪਿੰਡ ਵੀ ਸ਼ਹਿਰ ਨਹੀਂ ਪਤਾ। ਪੈਸੇ ਹੈ, ਪੈਸੇ ਮੈਂ ਲਿੱਤੇ ਮੁੰਡਿਆਂ ਤੋਂ ਲਿੱਤੇ, ਉਹਨਾਂ ਨੇ ਮੈਂ ਪੈਸੇ ਦੇ ਦਿੱਤੇ 150 ਰੁਪਇਆ, ਵੀ ਤੂੰ ਕਿਰਾਇਆ ਲੈ ਲਾ, ਵੀ ਤੂੰ ਅੱਗੇ ਵੱਗ ਜੀ, ਵੀ ਉਹਨੂੰ ਦੱਸਤਾ ਜਾਣਦੇ ਸੀ ਜਿਵੇਂ 150 ਰੁਪਏ ਦਿੱਤਾ ਹੈ, ਬਿਨਾਂ ਸਮਝੇ 150 ਰੁਪਏ ਦਿੱਤਾ ਤੁਸੀਂ ਮੰਗੇ 150 ਰੁਪਏ, ਉਹਨਾਂ ਆਪਣੀ ਮਰਜ਼ੀ ਨਾਲ ਦਿੱਤਾ 150 ਰੁਪਏ। ਮੈਂ ਮੰਗਿਆ ਸੀਗਾ ਵੀ ਮੇਰਾ ਨਾਮ ਮੇਰੇ ਕੋਲ ਖਰਚਾ ਹੈਗਾ, ਮੈਂ ਇੱਥੇ ਜਾਣਾ ਵੀ ਐਵੇਂ ਮੇਰੇ ਨਾਲ ਹੋ ਗਿਆ, ਵੀ ਇੱਥੋਂ ਮੈਂ ਪਿੰਡ ਤੋਂ ਸਕੂਲ ਜਾ ਰਿਹਾ ਸੀ, ਦੋ ਬੰਦੇ ਨੇ ਚੱਕਿਆ ਮੈਨੂੰ ਇੱਥੇ ਛੱਡਤਾ, ਮੈਨੂੰ ਗੇਰਤਾ, ਮਤਲਬ ਮੈਨੂੰ ਸੋਝੀ ਆਈ ਰਾਤ ਨੂੰ, ਇੱਦਾਂ ਇੱਦਾਂ ਕਰਕੇ ਮੇਰੇ ਨਾਲ ਹੋ ਗਿਆ। ਹੁਣ ਸਹੀ ਹੋ ਤੁਹਾਡੀ, ਠੀਕ ਹੈ? ਕੋਈ ਤੁਹਾਨੂੰ ਲੱਗਿਆ ਨਹੀਂ ਕੁਛ, ਮਤਲਬ ਕੋਈ ਸੁੰਘਾਇਆ ਸੀਗਾ ਜਾਂ ਕੁਛ ਖੁਲਵਾਇਆ ਸੀਗਾ? ਨਾ ਪਤਾ ਜਿਹਾ ਨਹੀਂ ਲੱਗਿਆ ਜੀ, ਫੋਨ ਕੀਤਾ ਸੀ ਨਾ ਪਾਪਾ ਨੂੰ ਥਾਣੇ ਵਿੱਚ ਸੀ, ਪੁਲਿਸ ਵਾਲਿਆਂ ਨੇ ਆਪਣੇ ਨੰਬਰ ਤੋਂ ਕਰਤਾ, ਫਿਰ ਪਾਪੇ ਤੋਂ ਲੈ ਕੇ ਫੋਨ ਨੰਬਰ, ਫਿਰ ਉਹਨਾਂ ਕਹਿੰਦੇ ਕਨੈਕਟਰ ਨਾਲ ਗੱਲ ਕਰਾ, ਤੂੰ ਕਿਹੜੀ ਬੱਸ 'ਚ ਆ? ਮੈਂ ਪੰਜਾਬ ਰੋਡਵੇਜ ਆ ਬੱਸ, ਇੱਧਰ ਲੁਧਿਆਣੇ ਕਹਿੰਦੇ ਤੂੰ ਆ ਰਹੀ ਆ। ਮੈਂ ਐਵੇਂ ਕੀਤਾ, ਫਿਰ ਕਹਿੰਦੇ ਉਹ ਵੀ ਕਨੈਕਟਰ ਨਾਲ ਗੱਲ ਕਰਾ ਦੇ ਤੂੰ। ਮੈਂ ਕਰਾਈ ਕਨੈਕਟਰ ਨਾਲ ਗੱਲ, ਫਿਰ ਉਹਨਾਂ ਕਨੈਕਟਰ ਨਾਲ ਗੱਲ ਕਰਦੀ ਵੀ ਕਿੱਥੋਂ ਜਿਹੜਾ ਕੌਣ ਨੇ ਕਿਹਦੇ ਨੰਬਰ ਦਾ ਫੋਨ ਕੀਤਾ, ਕੌਣ ਨੇ ਬਈਏ ਦੇ ਤਿੰਨ ਪਤਾ ਨਹੀਂ ਆ ਰਹੇ ਦੀ ਪਤਾ ਨਹੀਂ ਜਾ ਰਹੇ ਦੀ ਬਸ। ਉਹਨਾਂ ਨੇ ਕਹਿਤਾ ਵੀ ਇਹ ਤਾਂ ਲੋਕਲ ਬੰਦੇ ਨੇ ਵੀ ਉਹੀ ਚੜ੍ਹੇ ਰਾਜਪੁਰ ਤੋਂ, ਵੀ ਇਹ ਤਾਂ ਇਕੱਲਾ ਸੀ। ਮੈਂ ਇਕੱਲਾ ਹੀ ਨਿਕਲਿਆ ਨਾ ਕਨੈਕਟਰ ਨੂੰ ਪੁੱਛਿਆ ਬਸ ਤਾਂ, ਮੈਂ ਪਟਿਆਲੇ ਜਾਣਾ। ਅਤੇ ਰਾਜਪੁਰ ਤੁਸੀਂ ਲੁਧਿਆਣੇ ਵੱਲ ਜਾਂਦੇ ਹੋ, ਰਾਜਪੁਰੇ ਤੱਕ ਕਿਵੇਂ ਆਏ? ਰਾਜਪੁਰ ਤੋਂ ਪਟਿਆਲੇ ਕਿਵੇਂ ਆਏ? ਮੈਂ ਬੱਸ 'ਤੇ ਆਇਆ, ਪਿਛਲੀ ਬੱਸ ਤੋਂ ਆਇਆ, ਪਤਾ ਨਹੀਂ ਕਿਹੜੇ ਕਿਹੜੇ ਪਿੰਡ ਦੀ ਬੱਸ ਸੀ, ਮੈਨੂੰ ਪਿੰਡ ਵੀ ਸ਼ਹਿਰ ਨਹੀਂ ਪਤਾ। ਕਿਵੇਂ ਆਏ ਹੈ ਪੈਸੇ? ਹੈ ਪੈਸੇ ਮੈਂ ਲਿੱਤੇ ਮੁੰਡਿਆਂ ਤੋਂ ਲਿੱਤੇ, ਉਹਨਾਂ ਨੇ ਮੈਂ ਪੈਸੇ ਦੇ ਦਿੱਤੇ 150 ਰੁਪਇਆ, ਵੀ ਤੂੰ ਕਿਰਾਇਆ ਲੈ ਲਾ, ਵੀ ਤੂੰ ਅੱਗੇ ਵੱਗ ਜੀ, ਵੀ ਉਹਨੂੰ ਦੱਸਤਾ ਜਾਣਦੇ ਸੀ ਜਿਵੇਂ 150 ਰੁਪਏ ਦਿੱਤਾ ਹੈ, ਬਿਨਾਂ ਸਮਝੇ 150 ਰੁਪਏ ਦਿੱਤਾ ਤੁਸੀਂ ਮੰਗੇ 150 ਰੁਪਏ, ਉਹਨਾਂ ਆਪਣੀ ਮਰਜ਼ੀ ਨਾਲ ਦਿੱਤਾ 150 ਰੁਪਏ। ਮੈਂ ਮੰਗਿਆ ਸੀਗਾ ਵੀ ਮੇਰਾ ਨਾਮ ਮੇਰੇ ਕੋਲ ਖਰਚਾ ਹੈਗਾ, ਮੈਂ ਇੱਥੇ ਜਾਣਾ ਵੀ ਐਵੇਂ ਮੇਰੇ ਨਾਲ ਹੋ ਗਿਆ, ਵੀ ਇੱਥੋਂ ਮੈਂ ਪਿੰਡ ਤੋਂ ਸਕੂਲ ਜਾ ਰਿਹਾ ਸੀ, ਦੋ ਬੰਦਿਆਂ ਨੇ ਚੱਕਿਆ ਮੈਨੂੰ ਇੱਥੇ ਛੱਡਤਾ, ਮੈਨੂੰ ਗੇਰਤਾ, ਮਤਲਬ ਵੀ ਮੈਨੂੰ ਸੋਝੀ ਆਈ ਰਾਤ ਨੂੰ। ਇਹ ਬੱਚਾ ਤਾਂ ਵਾਪਸ ਮਿਲ ਗਿਆ, ਹੁਣ ਇੱਥੇ ਸਰਕਾਰ ਨੂੰ ਲੋੜ ਹੈ ਕਿ ਸੂਬੇ 'ਚ ਸੁਰੱਖਿਆ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ। ਪਟਿਆਲਾ ਤੋਂ ਕਮਲ ਦੂਆ ਦੀ ਰਿਪੋਰਟ, ਚੈਨਲ ਪੰਜਾਬੀ।
ਇਹਦਾ ਹੀ ਅੰਦਾਜ਼ ਵਾਲੀ F2G ਹਵੇਲੀ ਯਾਨੀ ਕਿ ਫੋਰਟ ਪਟਿਆਲਾ। F2G ਹਵੇਲੀ ਰੱਖੇ ਪੰਜਾਬੀ ਵਿਰਾਸਤ ਅਤੇ ਮਾਡਰਨ ਰਿਵਾਜ਼ਾਂ ਦਾ ਖਾਸ ਖਿਆਲ। ਤੁਹਾਡੇ ਵਿਆਹ ਦੀ ਤਿਆਰੀ ਹੈ ਸਾਡੀ ਜ਼ਿੰਮੇਵਾਰੀ। ਸਾਡਾ ਵਾਦਾ, ਦਿਲ ਨਾਲ ਨਿਭਾਵਾਂਗੇ ਦਿਲਾਂ ਦੇ ਰਿਸ਼ਤੇ। ਚਲੋ ਚਲੀਏ ਜਸ਼ਨ ਮਨਾਓ F2G ਹਵੇਲੀ, ਜਿੱਥੇ ਸਾਰੇ ਇਕੱਠੇ ਹੋਣਗੇ ਯਾਰ ਬੇਲੀ, ਪਾਉਣਗੇ ਭੰਗੜਾ ਗਿੱਧਾ ਅਤੇ ਬੋਲੀ। ਵਿਰਾਸਤ ਦੀ ਪਹਿਚਾਣ, ਵਰ ਵਧੂ ਦੀ ਸਗਾਈ ਤੋਂ ਲੈ ਕੇ ਵਿਦਾਈ ਤੱਕ, ਡੈਕੋਰੇਸ਼ਨ ਤੋਂ ਲੈ ਕੇ ਖਾਣ ਪੀਣ ਤੱਕ, ਮਹਿਮਾਨਾਂ ਦੀ ਕਰੇ ਹਰ ਡਿਮਾਂਡ ਪੂਰੀ। F2G ਹਵੇਲੀ ਦੇਵੇ ਤੁਹਾਡੇ ਫੰਕਸ਼ਨ ਨੂੰ ਵੱਖਰੀ ਪਹਿਚਾਣ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।